ਜੈਸਮੀਨ ਭਸੀਨ ਹੈ ਅਤੇ ਸਾਡੀ ਫਿਲਮ ਬੋਂਡਿੰਗ 2 ਆ ਰਹੀ ਹੈ 2 ਫੈਬ ਨੂੰ, ਅਤੇ ਅਸੀਂ ਇੱਥੇ ਬਾਬਾ ਜੀ ਦੀ ਬਲੈਸਿੰਗਸ ਲੈਣ ਆਏ ਹਾਂ. ਅਤੇ ਅੰਮ੍ਰਿਤਸਰ ਐਂਡ ਗੋਲਡਨ ਟੈਂਪਲ ਇਜ਼ ਵੈਰੀ ਸਪੈਸ਼ਲ ਫੋਰ ਮੀ ਬਿਕੋਜ਼ ਮੇਰਾ ਪਹਿਲਾ ਸ਼ੋਅ ਵੀ ਇੱਥੇ ਸ਼ੁਰੂ ਹੋਇਆ ਸੀ. ਹਨੀਮੂਨ ਦੇ ਬਾਅਦ ਵੀ ਅਸੀਂ ਇੱਥੇ ਆਏ ਸੀ ਮੱਥਾ ਟੇਕਣ, ਅਤੇ ਬੋਂਡਿੰਗ 2 ਦੇ ਲਈ ਵੀ ਅਸੀਂ ਮੱਥਾ ਟੇਕਣ ਇੱਥੇ ਆਏ ਹਾਂ. ਐਂਡ ਵੀ ਹੋਪ ਬਾਬਾ ਜੀ ਵਿਲ ਬਲੈਸ ਅਸ. ਮੈਂ ਲੈ ਕੇ ਆਈ ਹਾਂ ਰੌਣਕ ਦਾ ਕਿਰਦਾਰ, ਜੋ ਰੌਣਕ ਲੈ ਕੇ ਆਏਗੀ ਫਿਲਮ 'ਚ. 2 ਫਰਵਰੀ ਨੂੰ ਜਾ ਕੇ ਜ਼ਰੂਰ ਵੇਖੋ. ਸਭ ਨੇ ਬਹੁਤ ਮਿਹਨਤ ਕਰੀ ਹੈ ਅਤੇ ਫਿਲਮ ਵੀ ਬਹੁਤ ਬਹੁਤ ਵਧੀਆ ਹੈ. ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਿੰਘ. ਅਤੇ ਫਰਵਰੀ 2 ਨੂੰ ਅਸੀਂ ਲੈ ਕੇ ਆ ਰਹੇ ਹਾਂ ਵਾਰਨਿੰਗ 2. ਬਾਬਾ ਜੀ ਦੀ ਬਲੈਸਿੰਗਸ ਹੈਵ ਟੂ ਆ ਇੱਥੇ ਆਉਣਾ, ਅਤੇ ਇੱਦੋਂ ਪਹਿਲਾਂ ਤਾਂ ਕੋਈ ਕੰਮ ਅਸੀਂ ਸ਼ੁਰੂ ਕਰ ਨਹੀਂ ਸਕਦੇ ਜੀ. ਸੋ ਸਾਰਿਆਂ ਦੇ ਆਡੀਅੰਸ ਦਾ, ਇੱਥੋਂ ਦੀ ਕਮਿਊਨਿਟੀ ਦਾ, ਸਾਰਿਆਂ ਦਾ ਬਸ ਆਸ਼ੀਰਵਾਦ ਚਾਹੀਦਾ ਜੀ, ਬਈ ਸਾਡੀ ਫਿਲਮ ਨੂੰ ਬਸ ਭਾਗ ਲਾਵੇ ਰੱਬ. ਹਾਂਜੀ, ਮੇਰਾ ਤਾਂ ਬਸ ਸਮਝੋ ਵੀ ਚੱਕਮਾ ਰੋਲ ਹੀ ਹੈ ਜੀ. ਬਸ ਖਤਰਨਾਕ ਰੋਲ ਹੈ ਜਿੱਦਾਂ ਸਾਰਿਆਂ ਦੇ ਹੈਗੇ ਆ, ਖੜਕੇ ਦੜਕੇ ਵਾਲਾ ਜੀ. ਬਸ ਜਿੱਦਾਂ ਦਾ ਸਵਾਦ ਲੱਗਦਾ ਬਸ ਉੱਦਾਂ ਦੀ ਰੋਟੀ ਖਾ ਲੈਂਦੇ ਹਾਂ ਜੀ. ਬਸ ਇਹੀ ਦਰਸ਼ਕਾਂ ਨੂੰ ਇਹੀ ਹੈ ਜੀ ਰਿਕੁਐਸਟ, ਬਸ ਪੰਜਾਬੀ ਸਿਨੇਮੇ ਨੂੰ ਸਪੋਰਟ ਕਰੋ. ਅਸੀਂ ਨਵੀਂ ਚੀਜ਼ਾਂ ਟਰਾਈ ਕਰ ਰਹੇ ਹਾਂ, ਨਵੀਂ ਆਡੀਅੰਸ ਨੂੰ ਟਾਰਗੇਟ ਕਰਨਾ ਚਾਹੁੰਦੇ ਹਾਂ. ਪਰਿਵਾਰਕ ਫਿਲਮ ਹੈ ਇਹ, ਸੋ ਸਾਰੇ ਸ਼ੇਡਸ ਹੈਗੇ ਨੇ. ਭਾਜੀ ਪੰਜਾਬ ਦੇ ਵਿੱਚ ਹੋਈ ਹੈ ਜਿੰਨੀ ਕੁ ਮੈਂ ਕੀਤੀ ਹੈ, ਅਤੇ ਨਹੀਂ ਤਾਂ ਪ੍ਰਿੰਸ ਭਾਈ ਰਾਜਸਥਾਨ ਹੋਈ ਹੈ ਜੀ, ਅਤੇ ਬਸ ਲੋਕਲੀ ਹੋਈ ਹੈ, ਬਾਹਰ ਬੂਰ ਤਾਂ ਹੋਈ ਨਹੀਂ ਗੀ. ਜੈਸਮੀਨ ਭਸੀਨ ਹੈ ਅਤੇ ਸਾਡੀ ਫਿਲਮ ਬੋਂਡਿੰਗ 2 ਆ ਰਹੀ ਹੈ 2 ਫੈਬ ਨੂੰ, ਅਤੇ ਅਸੀਂ ਇੱਥੇ ਬਾਬਾ ਜੀ ਦੀ ਬਲੈਸਿੰਗਸ ਲੈਣ ਆਏ ਹਾਂ. ਅਤੇ ਅੰਮ੍ਰਿਤਸਰ ਐਂਡ ਗੋਲਡਨ ਟੈਂਪਲ ਇਜ਼ ਵੈਰੀ ਸਪੈਸ਼ਲ ਫੋਰ ਮੀ ਬਿਕੋਜ਼ ਮੇਰਾ ਪਹਿਲਾ ਸ਼ੋਅ ਵੀ ਇੱਥੇ ਸ਼ੁਰੂ ਹੋਇਆ ਸੀ. ਹਨੀਮੂਨ ਦੇ ਬਾਅਦ ਵੀ ਅਸੀਂ ਇੱਥੇ ਆਏ ਸੀ ਮੱਥਾ ਟੇਕਣ, ਅਤੇ ਬੋਂਡਿੰਗ 2 ਦੇ ਲਈ ਵੀ ਅਸੀਂ ਮੱਥਾ ਟੇਕਣ ਇੱਥੇ ਆਏ ਹਾਂ. ਐਂਡ ਵੀ ਹੋਪ ਬਾਬਾ ਜੀ ਵਿਲ ਬਲੈਸ ਅਸ. ਮੈਂ ਲੈ ਕੇ ਆਈ ਹਾਂ ਰੌਣਕ ਦਾ ਕਿਰਦਾਰ, ਜੋ ਰੌਣਕ ਲੈ ਕੇ ਆਏਗੀ ਫਿਲਮ 'ਚ. 2 ਫਰਵਰੀ ਨੂੰ ਜਾ ਕੇ ਜ਼ਰੂਰ ਵੇਖੋ. ਸਭ ਨੇ ਬਹੁਤ ਮਿਹਨਤ ਕਰੀ ਹੈ ਅਤੇ ਫਿਲਮ ਵੀ ਬਹੁਤ ਬਹੁਤ ਵਧੀਆ ਹੈ. ਹਾਂਜੀ, ਸਤਿ ਸ਼੍ਰੀ ਅਕਾਲ ਜਗੀ ਸਿੰਘ. ਅਤੇ ਫਰਵਰੀ 2 ਨੂੰ ਅਸੀਂ ਲੈ ਕੇ ਆ ਰਹੇ ਹਾਂ ਵਾਰਨਿੰਗ 2. ਬਾਬਾ ਜੀ ਦੀ ਬਲੈਸਿੰਗਸ ਹੈਵ ਟੂ ਆ ਇੱਥੇ ਆਉਣਾ, ਅਤੇ ਇੱਦੋਂ ਪਹਿਲਾਂ ਤਾਂ ਕੋਈ ਕੰਮ ਅਸੀਂ ਸ਼ੁਰੂ ਕਰ ਨਹੀਂ ਸਕਦੇ ਜੀ. ਸੋ ਸਾਰਿਆਂ ਦੇ ਆਡੀਅੰਸ ਦਾ, ਇੱਥੋਂ ਦੀ ਕਮਿਊਨਿਟੀ ਦਾ, ਸਾਰਿਆਂ ਦਾ ਬਸ ਆਸ਼ੀਰਵਾਦ ਚਾਹੀਦਾ ਜੀ, ਬਈ ਸਾਡੀ ਫਿਲਮ ਨੂੰ ਬਸ ਭਾਗ ਲਾਵੇ ਰੱਬ. ਹਾਂਜੀ, ਮੇਰਾ ਤਾਂ ਬਸ ਸਮਝੋ ਵੀ ਚੱਕਮਾ ਰੋਲ ਹੀ ਹੈ ਜੀ. ਬਸ ਖਤਰਨਾਕ ਰੋਲ ਹੈ ਜਿੱਦਾਂ ਸਾਰਿਆਂ ਦੇ ਹੈਗੇ ਆ, ਖੜਕੇ ਦੜਕੇ ਵਾਲਾ ਜੀ. ਬਸ ਜਿੱਦਾਂ ਦਾ ਸਵਾਦ ਲੱਗਦਾ ਬਸ ਉੱਦਾਂ ਦੀ ਰੋਟੀ ਖਾ ਲੈਂਦੇ ਹਾਂ ਜੀ. ਬਸ ਇਹੀ ਦਰਸ਼ਕਾਂ ਨੂੰ ਇਹੀ ਹੈ ਜੀ ਰਿਕੁਐਸਟ, ਬਸ ਪੰਜਾਬੀ ਸਿਨੇਮੇ ਨੂੰ ਸਪੋਰਟ ਕਰੋ. ਅਸੀਂ ਨਵੀਂ ਚੀਜ਼ਾਂ ਟਰਾਈ ਕਰ ਰਹੇ ਹਾਂ, ਨਵੀਂ ਆਡੀਅੰਸ ਨੂੰ ਟਾਰਗੇਟ ਕਰਨਾ ਚਾਹੁੰਦੇ ਹਾਂ. ਪਰਿਵਾਰਕ ਫਿਲਮ ਹੈ ਇਹ, ਸੋ ਸਾਰੇ ਸ਼ੇਡਸ ਹੈਗੇ ਨੇ. ਭਾਜੀ ਪੰਜਾਬ ਦੇ ਵਿੱਚ ਹੋਈ ਹੈ ਜਿੰਨੀ ਕੁ ਮੈਂ ਕੀਤੀ ਹੈ, ਅਤੇ ਨਹੀਂ ਤਾਂ ਪ੍ਰਿੰਸ ਭਾਈ ਰਾਜਸਥਾਨ ਹੋਈ ਹੈ ਜੀ, ਅਤੇ ਬਸ ਲੋਕਲੀ ਹੋਈ ਹੈ, ਬਾਹਰ ਬੂਰ ਤਾਂ ਹੋਈ ਨਹੀਂ ਗੀ.